रियल पाकिस्तान की वीडियोस को देखने के लिए सब्सक्राइब कीजिए और बेल आइकन को दबाना मत भूलिएगा ताकि हमारी वीडियोज आप तक सबसे पहले पहुंचे ए दी माना पता नहीं केड़ी फिल्म दी डली खा के नु जमया हैगा आ दुनिया चन तक पहुंच गई ते तू हालि मनजी ते लगै ओ उठ जा पथर जा लोकी गल्ला करदे सिकंदर सिंह तवाना दा मुंडा पढ़ ले के अफसर बन जाएगा तू ते हालि मनजी ते लगै आ देख फदा फरूकी साहब आए होगे ने साडा इंटरव्यू करन ओए सिधिया वही कुकड़ियाँ पुत्र ने कुकड़ियाँ चुकी हैं मैं तो कभी जिंदगी चोरी नहीं की मजदूर का हाथ है लोहा पगला कर उसका आकार बदल देता है यह ताकत खून पसीने से कमाई हुई रोटी क्या है मुझे किसी के टुकड़ों पर पलने की जरूरत नहीं जी असलामिक नाजरीन मैं हूं आपका मेजबान फिदा फारूक और आप देख रहे हैं रियल पाकिस्तान आज हम एक ऐसे मिमिक्री आर्टिस्ट के पास मौजूद है जो एक सौ से जायद एक्टर्स की मिमिक्री कर लेते हैं उनमें पाकिस्तानी एक्टर्स भी हैं उनमें इंडियन एक्टर्स भी हैं उनमें कुछ पुराने एक्टर्स भी हैं उनमें न्यू एक्टर्स भी शामिल हैं आइए एक मुलाकात करते हैं मिक्री आर्टिस्ट से और उनसे जानते हैं कि वो मिमिक्री कब से कर रहे हैं और उनको ये शौक कैसे पैदा हुआ और फिर उनकी मिमिक्री सुनते हैं ਹਾਂ ਜੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ ਫਿਦਾ ਫਰੂਕੀ ਸਾਹਿਬ ਬੜੀ ਮਿਹਰਬਾਨੀ ਸਰ ਬਹੁਤ ਸ਼ੁਕਰੀਆ ਜੀ ਰੀਅਲ ਪਾਕਿਸਤਾਨ ਤੋਂ ਤੁਸੀਂ ਪ੍ਰੋਗਰਾਮ ਕਰਦੇ ਪਏ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਮੇਰਾ ਪ੍ਰੋਗਰਾਮ ਕਰਨ ਵਾਸਤੇ ਆਏ ਬੜੀ ਮਿਹਰਬਾਨੀ ਸਰ ਬਹੁਤ ਸ਼ੁਕਰੀਆ ਜੀ ਜੀ ਸਰ ਅਬ ਬਤਾਏਗੇ ਕਬ ਸੇ ਆਪ ਮਿਮਿਕਰੀ ਕਰ ਲੈ ਕਰ ਰਹੇ ਹਾਂ ਸਰ ਜੀ ਮੈਂ ਤੇ ਬਚਪਨ ਤੋਂ ਜਦੋਂ ਸਕੂਲੇ ਪੜਦਾ ਸਨ ਉਦੋਂ ਤੋਂ ਮਿਕਰੀ ਕਰਦਾ ਪਿਆ ਹਾਂ ਲੇਕਿਨ ਸਾਡੇ ਪਿੰਡਾਂ ਥਾਂ ਵਿੱਚ ਇਹ ਵੇ ਕੇ ਅਸੀਂ ਲੋਕ ਸ਼ੋਬਿਸ ਨੂੰ ਸਮਝਦੇ ਆ ਕੋਈ ਪਤਾ ਨਹੀਂ ਆ ਕੀ ਇੱਕ ਬਲਾ ਹੈ ਜਾਂ ਕੀ ਕਿਸੇ ਸ਼ਾਇਦ ਦਾ ਨਾਂ ਹੈ ਲੋਕੀ ਇਸ ਨੂੰ ਥੋੜਾ ਖੌਫ ਜਦਾ ਵੀ ਹੁੰਦੇ ਨੇ ਖਰੇ ਘਰੇ ਬੰਦ ਜਿਹੜਾ ਸ਼ੋਬਿਸ ਚਲਾ ਜਾਏਗਾ ਘਰ ਉਹ ਛੱਡ ਜਾਏਗਾ ਜਾਂ ਉੱਥੇ ਵੀ ਰਹਿ ਜਾਏਗਾ ਤੇ ਫਿਰ ਵਾਪਸ ਨਹੀਂ ਆਏਗਾ ਪਿੰਡਾਂ ਥਾਂ ਦੇ ਲੋਕਾਂ ਦਾ ਕੋਈ ਮਾਈਂਡ ਐਸ ਕਿਸਮ ਦਾ ਉਹ ਫਿਰ ਸਾਨੂੰ ਲੋਕਾਂ ਨੇ ਇਹ ਜਾਣ ਹੀ ਨਹੀਂ ਦਿੱਤਾ ਹੈਗਾ ਉਸੇ ਕੈਟਾਗਰੀ ਨੂੰ ਮੱਦੇ ਨਜ਼ਰ ਰੱਖਦੇ ਹਾਂ ਮੇਰਾ ਸ਼ੌਕ ਸੀ ਮੈਂ ਆਵਾਜ਼ਾਂ ਤੇ ਰਿਕਾਰਡ ਕਰਦਾ ਰਿਹਾ ਆਪਣੇ ਅੰਦਰ ਆਪਣੇ ਦਿਮਾਗ ਦੇ ਵਿੱਚ ਇੱਕ ਪੂਰੀ ਮੈਂ ਇੱਕ ਫਿਲਮ ਬਣਾ ਲਈ ਲੇਕਿਨ ਉਹ ਮੈਨੂੰ ਅੱਗੇ ਪਛਾਣ ਵਾਸਤੇ ਮੈਨੂੰ ਇਹਨਾਂ ਲੋਕਾਂ ਨੇ ਦੇਹਾਤੀ ਲੋਕਾਂ ਨੇ ਮੇਰੇ ਜਿਹੜੇ ਸੱਜੇ ਖੱਬੇ ਮੇਰੇ ਰਿਸ਼ਤੇਦਾਰ ਵੀ ਨੇ ਕੋਈ ਬਸਨ ਕਿ ਅਗੀਰ ਦੇ ਗਰਦੋਸ ਵੀ ਜਿਹੜੇ ਅੱਗੇ ਨਹੀਂ ਜਾਣ ਦਿੱਤਾ ਨਾ ਡਰਾ ਛੱਡਿਆ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਕਿ ਯਾਰ ਇਹ ਤੇ ਬਹੁਤ ਵੱਡਾ ਇੱਕ ਸ਼ੋਅ ਵੀਜ਼ ਮੀਡੀਆ ਜਿਹੜਾ ਕਿ ਇਹ ਤੇ ਬੰਦੇ ਨੂੰ ਪਪੂਲਾਰੀ ਮਿਲਦੀ ਜਦੋਂ ਬੰਦਾ ਅੱਗੇ ਨਿਕਲਦਾ ਤੇ ਉਹ ਮਸ਼ਹੂਰ ਹੁੰਦਾ ਫਿਰ ਮੇਰਾ ਸ਼ੌਕ ਵਧਾ ਗਿਆ ਤੇ ਹੁਣ ਕਾਫੀ ਦੋਸਤਾਂ ਨੇ ਇੰਟਰਵਿਊ ਤੁਹਾਡੇ ਵਾਂਗੂ ਲੈਂਦੇ ਨੇ ਤੇ ਫਿਰ ਚਲੋ ਕਿਸੇ ਦਾ ਵੀ ਕੋਈ ਤੁੱਕਾ ਲੱਗ ਜਾ ਤੇ ਸ਼ਾਇਦ ਮੈਂ ਵੀ ਕੋਈ ਕੀ ਕਹਿੰਦੇ ਨੇ ਹਿੱਟ ਹੋ ਜਾ ਜਾਂ ਕਿਸੇ ਨਜ਼ਰੇ ਚ ਆ ਜਾ ਜਿਹੜਾ ਮੇਰਾ ਮਕਾਮ ਇੱਕ ਮੈਨੂੰ ਚਾਹੀ ਨੀ ਤੁਸੀਂ ਇਹ ਮਿਮਿਕਰੀ ਦਾ ਆਗਾਜ਼ ਕਿਸ ਤਰ੍ਹਾਂ ਕੀਤਾ ਤੁਸੀਂ ਕਿਹੜੀ ਚੀਜ਼ ਵੇਖੀ ਜਾਂ ਪਹਿਲੀ ਮਿਮਿਕਰੀ ਜਿਹੜੀ ਤੁਸੀਂ ਕੀਤੀ ਉਹ ਕਿਹੜੇ ਐਕਟਰ ਦੀ ਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਛੋਟਾ ਜਿਹਾ ਸੀ ਤੇ ਮਨਵਰ ਜ਼ਰੀਫ ਦੀਆਂ ਫਿਲਮਾਂ ਉਹ ਤਾਂ ਬੜੀਆਂ ਰੂਝ ਤੇ ਹੁੰਦੀਆਂ ਸਨ ਜੀ ਮਨਵਰ ਜ਼ਰੀਫ ਸਾਹਿਬ ਦੀ ਇੱਕ ਫਿਲਮ ਵੇਖੀ ਤੇ ਮੈਨੂੰ ਉਹ ਬਸ ਸ਼ੌਕ ਪਿਆ ਤੇ ਮੈਂ ਫਿਰ ਉਹਨਾਂ ਦੀ ਨਕਲ ਕੀਤੀ ਤਾਂ ਲੋਕਾਂ ਨੂੰ ਸੁਣਾਈ ਦੋਸਤਾਂ ਨੂੰ ਤਾਂ ਉਹਨਾਂ ਨੇ ਕਿਹਾ ਯਾਰ ਤੇਰੀ ਆਵਾਜ਼ ਮਨਵਰ ਜ਼ਰੀਫ ਨਾਲ ਮਿਲਦੀ ਉਸ ਤੋਂ ਬਾਅਦ ਫਿਰ ਮੈਂ ਉਹ ਪਹਿਲੀ ਵਾਰ ਸੀ ਮੇਰੀ ਉਸ ਤੋਂ ਬਾਅਦ ਫਿਰ ਮੈਂ ਤਕਰੀਬਨ 100 ਆਵਾਜ਼ਾਂ ਤੱਕ ਮੈਂ ਪਹੁੰਚਿਆ ਹੁਣ ਤੱਕ ਤੁਸੀਂ ਇਹ ਸਟਾਰਟ ਮਨਵਰ ਜ਼ਰੀ ਤੇ ਕੋਈ ਸੁਣਾਓਗੇ ਉਹਨਾਂ ਦੀ ਕੋਈ ਡਾਇਲੌਗ ਸੁਣਾਓਗੇ ਜੀ ਕਿਉਂ ਨਹੀਂ ਸੁਣਾਵਾਂਗੇ ਜੀ ਮਨਵਰਦੀ ਸਾਹਿਬ ਦੀ ਇੱਕ ਫਿਲਮ ਦੇ ਵਿੱਚ ਨਾ ਕੁਕੜੀਆਂ ਚੋਰੀ ਕਰਦੇ ਨੇ ਤੇ ਮੌਕੇ ਤੇ ਫੜੇ ਜਾਂਦੇ ਨੇ ਤੇ ਕਾਂਸਟੇਬਲਸ ਆ ਫੜ ਕੇ ਥਾਣੇਦਾਰ ਸਭ ਕੁਝ ਲੈ ਆਦੇ ਨੇ ਥਾਣੇਦਾਰ ਸਭ ਮੌਕੇ ਤੇ ਕੋਈ ਸਵਾਲ ਕਰਦੇ ਨੇ ਅਗੋ ਮਨਵਰਦੀ ਸਾਹਿਬ ਕੁਕੜੀ ਚੋਰਦਰੂਪੀ ਕੀ ਜਵਾਬ ਦਿੰਦੇ ਨੇ ਅਲੀ ਜਾ ਪੇਸ਼ ਕਰ ਰਹੇ ਨੇ ਦੋ ਐਕਟਰ ਨੇ ਅlias ਕਸ਼ਮੀਰੀ ਸਾਹਿਬ ਔਰ ਮਨਵਰਦੀ ਸਾਹਿਬ ਓਕੇ ਤਰੀਕੇ ਦੇ ਨਾਲ ਯਾਨੀ ਕਿ ਮੈਂ ਤੁਹਾਨੂੰ ਸੁਣਾਉਂਦਾ ਓਏ ਸਿੱਧਿਆ ਓਏ ਕੁਕੜੀਆਂ ਕਿਵੇਂ ਚੁੱਕੀਆਂ ਨਹੀਂ ਓਏ ਤਸਵੀਲਾਂ ਬਿਆਨ ਲਹਾ ਹੀ ਜਨਾਬ ਇਸ ਪਾਗਲ ਹਏ ਬਕਵਾਸ ਬੰਦ ਕਰ ਛੇਤੀ ਦੱਸ ਨਹੀਂ ਤੇ ਮੈਂ ਤੈਨੂੰ ਅੰਦਰ ਕਰ ਦਿਆਂਗਾ ਜਨਾਬੇ ਵਾਲੀ ਨਾਮ ਮੈਂ ਚੋਰ ਹਾਂ ਤੇ ਨਾਮ ਮੈਂ ਚੋਰ ਦਾ ਭਾਈ ਵਾਲਾ ਲੋਕਾਂ ਭਾਈ ਝੂਠੀ ਦਿਖਾਈ ਤੇ ਤੁਸੀਂ ਕਿਉਂ ਠੰਡ ਚ ਲਾ ਦਿੱਤੀ ਮੇਰੀ ਰਜ਼ਾਈ ਹਏ ਬਕਵਾਸ ਬੰਦ ਕਰ ਜਾ ਖਿੰਗਰ ਅੰਦਰੋਂ ਛਿੱਤਰ ਲੈ ਗਿਆ ਐਵੇਂ ਨਹੀਂ ਮੰਨੇਗਾ ਓ ਪਾ ਖਿੰਗਰ ਤੇਨੂੰ ਛਿੱਤਰ ਲਿਆਣ ਦੀ ਕਿ ਲੋੜ ਤੂੰ ਤੇ ਮੇਰੇ ਨਾਲ ਖਾ ਕੇ ਲੰਗਣਾ ਤੇ ਮੈਨੂੰ ਛਰੀ ਟਾਂ ਪੈ ਜਾਣੀਆਂ ਨੇ ਚੱਲਿਆ ਹਏ ਬਕਵਾਸ ਬੰਦ ਕਰ ਛੇਤੀ ਦੱਸ ਇਹ ਕੁਗੜੀਆਂ ਕਿਵੇਂ ਚੁੱਕੇ ਜਨਾਬੇ ਵਾਲੇ ਜਿਸ ਤਰ੍ਹਾਂ ਵਾਕਿਆ ਗੁਜ਼ਰੇ ਦਰਸਲ ਮੈਂ ਟਾਡੇ ਸਾਹਮਣੇ ਤੁਹਾਨੂੰ ਸੁਣਾਣਾ ਕਿ ਮੈਂ ਗਲੀ ਦੀ ਮੋਲ ਮੁੜਿਆ ਤੇ ਪਿੱਛੋਂ ਮੈਨੂੰ ਆਵਾਜ਼ ਆਈ ਮੈਂ ਜੀ ਪਿਛਾ ਮੂੰਹ ਕੱਢ ਕੇ ਵੇਖਿਆ ਤੇ ਦੋ ਮਜ਼ਲੂਮ ਕੁੱਕੜੀਆਂ ਖੁੱਡੇ ਚੋਂ ਬਾਹਰ ਕੱਢ ਕੇ ਵੇਖਣ ਦੀ ਉਹਨਾਂ ਚ ਕਵਢੇਰੀ ਜੀ ਉਮਰ ਦੀ ਕੁੱਕੜੀ ਕੰਬਦ ਕੇ ਪਹੁੰਚੇ ਮਾਰ ਕੇ ਕੋਂਡ ਕੱਢ ਕੇ ਮੈਨੂੰ ਕਹਿੰਦੀ ਸ਼ੀਦਿਆ ਸਾਨੂੰ ਤੇ 2 ਮਹੀਨੇ ਤੋਂ ਖੁੱਡੇ ਚ ਬੰਨਦਾ ਸਾਡਾ ਸੀਲ ਕੁੱਕੜ ਫੌਤ ਹੋ ਗਈ ਤੇ ਮਲੇ ਤਾਂ ਸਾਰੇ ਕੁੱਕੜ ਸਾਡੇ ਵੱਲ ਬੁਰੀ ਅੱਖ ਕਰਕੇ ਵੇਂਦੀ ਸਾਨੂੰ ਆਪਣੇ ਨਾਲ ਲੈ ਚਲ ਮੈਂ ਕਿਹਾ ਬੀਬੀਓ ਪੈਨੋ ਜ਼ਮਾਨਾ ਖਰਾਬ ਹੈ ਲੋਕੀ ਸ਼ਾਕ ਕਰਨੇ ਕੰਮ ਮੈਂ ਨਹੀਂ ਜੇ ਕਰ ਸਕਦਾ ਜਨਾਬੇ ਵਾਲੀ ਕੁੱਕੜੀਆਂ ਦਾ ਕਹਿਣ ਤੇ ਮੈਂ ਕੋਲ ਲੰਘਿਆ ਤੇ ਤੁਸੀਂ ਮੈਨੂੰ ਫੜ ਲੈ ਦੱਸੇਂ ਤੇ ਮੇਰਾ ਕੀ ਕਸੂਰ ਬਹੁਤ ਜ਼ਬਰਦਸਤੀ ਬਹੁਤ ਖੂਬ ਅੱਛਾ ਮਨਵਰਦੀ ਸਾਹਿਬ ਦਾ ਬੜਾ ਨਾਮ ਥਾ ਜੀ ਔਰ ਬੜਾ ਮਜ਼ਾ ਆਇਆ ਆਪਨੇ ਸੁਣਾਈ ਤੋਂ ਮੈਂ ਆਪਸੇ ਰਿਕੁਐਸਟ ਕਰੂੰਗਾ ਕੋਈ ਇੱਕ ਕੋਈ ਹੋਰ ਡਾਇਲੋਗ ਹੁਣ ਦਾ ਕੋਈ ਅੱਛਾ ਸਾ ਮਨਵਰਦੀ ਸਾਹਿਬ ਦਾ ਜੀ ਇੱਕ ਫਿਲਮ ਦੇ ਵਿੱਚ ਨਾ ਰਿਹੋੜੀਆਂ ਮੂੰਗਫਲੀ ਚਨੀ ਗੋਜ਼ੇ ਦਾਲ ਰੱਖੇ ਨੇ ਤੇ ਰਿਹੋੜੀਆਂ ਦੋ ਲੱਗੀਆਂ ਨੇ ਤੇ ਇੱਕ ਮਨਵਰਦੀ ਸਾਹਿਬ ਦੀ ਰਿਹੜੀ ਤੇ ਇੱਕ ਨਾਲ ਮਹਾਜਾ ਤੋਂ ਦੀ ਨਾਲ ਰਿਹੜੀ ਉਹ ਮਹਾਜੇ ਕੋਲ ਸੱਟ ਬੜੇ ਗਾਖ ਜਾ ਰਹੇ ਨੇ ਤੇ ਮਨਵਰਦੀ ਸਾਹਿਬ ਕੋ ਗਾਖ ਕੋ ਨਹੀਂ ਆ ਰਿਹਾ ਮਨਵਰਦੀ ਨੇ ਸੋਚਿਆ ਕਿ ਉਹਨੇ ਆਪਣੇ ਇਹ ਗਾਖ ਜਿਹੜਾ ਮੈਂ ਆਪਣੇ ਲਈ ਖਿਚਣੇ ਨੇ ਕਿਸ ਤਰੀਕੇ ਨਾਲ ਆਵਾਜ਼ ਹੇਰੇ ਔੜੀਆਂ ਕਿਹੜਾ ਕਿਹੜੇ ਧਾਰ ਅਨ ਦੀਆਂ ਦੋ ਦੁਖ ਤਾਈਆਂ ਤੇ ਮਰ ਗਈਆਂ ਚੋਰਾਂ ਦੀਆਂ ਤਾਈਆਂ ਮਾਜਾ ਮੇਰੇ ਯਾਰ ਕੱਲ ਦਾ ਬਿਮਾਰ ਖਾਂਦਾ ਹੁਦਾਰ ਡਿਸਕੋ ਬਾਹਰ ਮਲਦਾ ਜਮਦਾਰ ਟੁਰਨ ਫਿਰਨ ਤੋਂ ਬਾਜ਼ਾਰ ਇਹ ਮਰਗੇ ਤੇ ਖੱਪਣ ਦੀ ਦੁਕਾਨ ਵੀ ਨਾਲ ਆ ਬੱਚਾ ਗੱਟਾ ਲਾਚੀਆਂ ਵਾਲਾ ਹੇਰੇ ਔੜੀਆਂ ਕਿਹੜਾ ਕਿਹੜੇ ਧਾਰ ਅਨ ਦੀਆਂ ਦੋ ਦੁਖ ਤਾਈਆਂ ਤੇ ਮਰ ਗਈਆਂ ਚੋਰਾਂ ਦੀਆਂ ਤਾਈਆਂ ਉੱਥੇ ਇੱਕ ਲੜਕੀ ਖਲੋਤੀ ਉਹਨਾਂ ਕੀ ਕਹਿੰਦੀ ਵੇ ਬਕਵਾਸ ਬੰਦ ਕਰ ਵੇ ਮੈਨੂੰ ਸੌਦਾ ਦੇ ਆਵਾਜ਼ ਮਾਰ ਕੇ ਸਾਰਾ ਪਿੰਡ ਇਕੱਠਾ ਕਰ ਲਾਂਗੇ ਉਹਨੂੰ ਕਹਿੰਦਾ ਮੁਟਿਆਰੇ ਮੱਲਾ ਕੋ ਕੂੜਾ ਨਹੀਂ ਜਿਹੜਾ ਤੂੰ ਬਖਰ ਨਾਲ ਇਕੱਠਾ ਕਰ ਲੈਂਗੇ ਲੈ ਬਲਾ ਆਪਣੇ ਪਿੰਡ ਦੇ ਚੌਧਰੀ ਮੱਚ ਪੇਟ ਮਾਰ ਕੇ ਉਹਦੇ ਪੈਰੀ ਪੈਣਾ ਬਹੁਤ ਖੂਬ ਜੀ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਅੱਛਾ ਸੁਲਤਾਨ ਰਾਏ ਸਾਬ ਤੁਹਾਡਾ ਬੜਾ ਨਾਂ ਰਿਹਾ ਹੈ ਬੜੀ ਤੁਸੀਂ ਐਕਟਿੰਗ ਕੀਤੀ ਤੇ ਕੋਈ ਆਪਣਾ ਕੋਈ ਡਾਇਲੌਗ ਸੁਣਾਓਗੇ ਤੁਹਾਡੀ ਤੇ ਮੁਸਫਾ ਕਰੈਸ਼ੀ ਦੀ ਇੱਟ ਖੜਕਾ ਵੱਡਾ ਰਹਿੰਦਾ ਸੀ ਕੋਈ ਐਸਾ ਡਾਇਲੌਗ ਤੁਸੀਂ ਹੋਵੇ ਸਾਹਮਣੇ ਮੁਸਫਾ ਕਰੈਸ਼ੀ ਹੋਵੇ ਤੇ ਕੋਈ

ਮਾਸਤ ਕੇ ਜਾਈ ਮੈਨੂੰ ਹੁਕਮ ਕਰ ਮੈਂ ਆਪਣੇ ਦੁਸ਼ਮਨ ਨੂੰ ਰਖਸ਼ੇ ਤੇ ਲੈਣਾ ਜਾਣਾ ਆ ਜਾ ਤੂੰ ਰਖਸ਼ੇ ਤੇ ਪੈ ਗਇਓ ਤੇ 4 ਮੀਟਰ ਤੇ ਪੈ ਕੇ ਅਟਰਨਲ ਪਹਿਲੇ ਪਹੁੰਚ ਜਾਏਗਾ ਏ ਰਖਸ਼ੇ ਤੇ ਆਪ ਪਾਵੇਂ ਮੀਟਰ ਤੇ ਪਰ ਇਨੀ ਗੱਲ ਕਨ ਖੋਲ ਕੇ ਸੁਣ ਲਵੀ ਦੁਸ਼ਮਨਾਂ ਰਖਸ਼ੇ ਦਾ ਬਿੱਲ ਮੈਨੂੰ ਤੇਰਾ ਪਿਉ ਦੇਵੇਗਾ ਕਮਾਲ ਹੋ ਗਿਆ ਜੀ ਕਮਾਲ ਹੋ ਗਿਆ ਬਹੁਤ ਜ਼ਬਰਦਸਤ ਤੇ ਯਕੀਨ ਕਰੋ ਮੈਂ ਡਰ ਰਿਹਾ ਸੀ ਜਿਸ ਨਾਲ ਲੱਗ ਰਿਹਾ ਸੀ ਵਾਕਈ ਸੁਲਤਾਨ ਬਈ ਆ ਗਿਆ ਤੇ ਇੱਥੇ ਹੁਣ ਕੋਈ ਲੜਾਈ ਹੋ ਜਾਣੀ ਅੱਛਾ ਇਹ ਤੇ ਜਨਾਬ ਇਹ ਸੁਲਤਾਨ ਦਾ ਹਿੱਸਾ ਮੁਸਫਾ ਕਰਸ਼ੀ ਹੋ ਗਏ ਕੋਈ ਇੰਡੀਅਨ ਦੇ ਐਕਟਰ ਮੈਂ ਤੁਹਾਨੂੰ ਮੇਰੇ ਬੜੀ ਪਸੰਦ ਆ ਜੀ ਮੈਂ ਨਾ ਕਿ ਮੇਰੇ ਜ਼ਿਹਨ ਚ ਆਇਆ ਮੈਂ ਪਾਕਿਸਤਾਨੀ ਫਿਲਮ ਚੂੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਬੜੀ ਪਸੰਦ ਕੀਤੀ ਉਹਨਾਂ ਦੇ ਵਿੱਚ ਇੱਕ ਸ਼ਫਕ ਚੀਮੇ ਦਾ ਬੜਾ ਅੱਛਾ ਕੈਰੈਕਟਰ ਸੀ ਔਰ ਪਾਕਿਸਤਾਨੀ ਪਹਿਲਾ ਫਨਕਾਰ ਮੈਂ ਆਪਣੇ ਆਪ ਨੂੰ ਦੱਸਣਾ ਚਾਹ ਰਿਹਾ ਚੈਨਲ ਦੇ ਥਰੂ ਕਿ ਮੈਂ ਸ਼ਫਕ ਚੀਮਾ ਸਾਹਿਬ ਨੂੰ ਕਾਪੀ ਕੀਤੀ ਔਰ ਉਹਨਾਂ ਨਾਲ ਮੇਰੇ ਇੱਕ ਡਰਾਮਾ ਵੀ ਟੀਵੀ ਤੇ ਚੱਲ ਰਿਹਾ ਤਲੀਆਂ ਹੇਠਾਂ ਗਾਰੇ ਸ਼ਫਕਾ ਚੀਮਾ ਸਾਹ ਨੇ ਮਨਸ਼ੀਦਾ ਰੋਲ ਕੀਤਾ ਸੀ ਤੇ ਉਹਨਾਂ ਦੀ ਆਵਾਜ਼ ਮਚਨਣਾ ਕਿ ਸ਼ਫਕਾ ਚੀਮਾ ਸਾਹਿਬ ਦੀ ਡਾਇਲੌਗ ਡਿਲੀਵਰੀ ਕੀਤੀ ਚੂੜੀਆਂ ਫਿਲਮ ਦੇ ਵਿੱਚ ਭੈਣ ਦੇ ਘਰ ਗਏ ਨੇ ਤੇ ਪੱਗ ਖੁੱਲ ਕੇ ਗੱਲ ਦੇ ਵਿੱਚ ਆਈਏ ਤੇ ਦੀਬਾ ਬੇਗਮ ਨੇ ਕਿਸ ਤਰੀਕੇ ਦੇ ਨਾਲ ਭਾਈ ਨੂੰ ਮੁਖਾਤਬ ਕੀਤਾ ਤੇ ਚੀਮਾ ਸਾਹਿਬ ਨੇ ਆਪਣੀ ਭੈਣ ਨੂੰ ਕਿਸ ਤਰੀਕੇ ਨਾਲ ਆਲਾਮਾ ਕੀਤਾ ਜਿਹੜਾ ਬਖਤੂ ਨੂੰ ਲੈ ਕੇ ਗਿਆ ਸਾ ਭਾਈ ਚਾਨ ਖੇਰ ਤੇ ਕੀ ਤੁਹਾਡੇ ਸਿਰ ਦੀ ਪੱਗ ਖੁੱਲ ਕੇ ਤੁਹਾਡੇ ਗੱਲ ਵਿੱਚ ਸ਼ੁਕਰ ਕਰ ਹਾ ਜੋ ਸ਼ੁਕਰ ਕਰ ਇਹ ਪੱਗ ਖੁੱਲ ਕੇ ਹਲੀ ਮੇਰੇ ਗੱਲ ਵਿੱਚ ਆਈ ਉਹ ਕਿਦਰੇ ਗੱਲ ਦਾ ਭਾਣੀ ਬਣ ਗਈ ਹਾਂ ਕੀ ਪੈ ਕਹਿੰਦੇ ਹੋ ਮੈਂ ਠੀਕ ਨਾ ਪਿਆ ਜੋ ਮੈਂ ਠੀਕ ਨਾ ਪਿਆ ਵਾ ਮੈਂ ਪਖਤੂ ਨੂੰ ਪਿੰਡੋਂ ਸ਼ਹਿਰ ਲੈ ਗਿਆ ਸਾਂ ਕਿ ਮੇਰੀ ਭੈਣ ਦਾ ਪੁੱਤਰ ਹੈ ਮੇਰੀ ਇੱਜ਼ਤ ਦਾ ਰਾਖਾ ਬਣੇਗਾ ਪਰ ਉਹਨੇ ਮੇਰੀ ਇੱਜ਼ਤ ਦਾ ਰਾਖਾ ਬਣਨ ਦੀ بجائے ਮੇਰੀ ਹਾਇਰਤ ਤੂੰ ਮੈਲੀ ਅੱਖ ਨਾਲ ਵੇਖੀ ਸੀ ਤੂੰ ਮੈਲੀ ਅੱਖ ਨਾਲ ਵੇਖੀ ਓਸ ਦਿਨ ਮੈਂ ਤੇਰੀ ਅੱਖਾਂ ਦੇ ਅਤਰੂ ਵੇਖ ਕੇ ਬਖਤੂ ਨੂੰ ਪਿੰਡੋਂ ਸ਼ਹਿਰ ਲੈ ਗਿਆ ਸਾਂ ਅੱਜ ਤੂੰ ਮੇਰੀਆਂ ਅੱਖਾਂ ਵਿੱਚ ਤਰੂ ਵੇਖ ਕੇ ਬਖਤੂ ਨੂੰ ਸ਼ਹਿਰੋਂ ਪਿੰਡ ਵਾਪਸ ਬੁਲਾ ਲੈ ਸੀ ਤੂੰ ਵਾਪਸ ਬੁਲਾ ਲੈ ਨਹੀਂ ਤੇ ਉਹਦੀ ਹੱਟ ਧਰਮੀ ਇਹ ਉਹਦੀ ਬਦਮਾਸ਼ੀ ਉਹ ਮੈਨੂੰ ਪਿੰਡ ਚ ਕਿਸੇ ਦੇ ਸਾਹਮਣੇ ਮੂੰਹ ਵਖਾਣ ਦੇ ਕਾਬਲ ਨਹੀਂ ਹੋ ਛੱਡੇਗੀ ਛਿਦੋ ਨਹੀਂ ਛੱਡੇਗੀ ਬੜੀ ਵਾਹ ਜੀ ਵਾਹ ਬਹੁਤ ਖੂਬ ਜੀ ਇਹ ਨਾਦਰਿਨ ਸਾਡੇ ਬੜੇ ਮ hạnਦੂਦ ਹੋ ਰਹੇ ਨੇ ਯਕੀਨਨ ਜਿਹੜੇ ਲੋਕ ਸਾਨੂੰ ਅੱਜ ਸੁਣਨ ਦੇ ਨੇ ਵੇਖਣ ਦੇ ਨੇ ਹੁਣ ਉਹਨਾਂ ਦਾ ਦਿਲ ਕਰ ਰਿਹਾ ਹੋਵੇਗਾ ਕਿ ਜਿਹਨੇ ਇੰਡੀਅਨ ਐਕਟਰ ਪਾਸੇ ਵੀ ਆਣ ਤੇ ਕੋਈ ਇੰਡੀਆ ਦਾ ਕੋਈ ਐਕਟਰ ਸਣੀ ਦੇ ਇਹਨਾਂ ਦਾ ਇੱਕ ਨਾਂ ਬੜੇ ਲੋਕ ਉਹਨਾਂ ਨੂੰ ਪਸੰਦ ਕਰਦੇ ਉਹਨਾਂ ਦਾ ਇੱਕ ਜਿਹੜਾ 2.5 ਕਿਲੋ ਦੇ ਜਿਹੜਾ ਹੱਥ ਹੈ ਨਾ बहादरी देख कर और, और तुम्हें भी खुशी होगी ये जानकर की आज के बाद तुम मेरे ग्रोह में काम करोगे यह मजदूर का हाथ है लोहा पगला कर उसका आकार बदल देता है यह ताकत खून पसीने से कमाई हुई रोटी क्या है मुझे किसी के टुकड़ो पर पलने की जरूरत नहीं मकोड़ों की तरह गली में रिंगने से बेहतर है यहाँ मर्दों में रहो शेर की तरह पेजरे शेर भी कुत्ता बन जाता है है तू 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 चाहता है मैं तेरे हाँ कुत्ता चाहे चाहे तो बाकू। और तू चाहे तो और ऐसा ही समझो हमारे साथ काम करोगे तो नाम होगा इज्जत होगी रुपये पैसा मिलेगा और लोग डरेंगे तुमसे दूसरों को डरा कर वो जीता है जिसकी अपने हड्डियों में पानी भरा होता है अगर तुम्हें मर्द बनने का इतना शौक है तो कुत्तों का सहारा लेना छोड़ दे ਕਾਸ਼ ਨਾ ਤੁਹਾਡੀ ਮੋ ਸੋਚਣੀ ਹੀ ਪਵੇਗੀ ਸੋਚਣੀ ਹੀ ਪਵੇਗੀ ਸੋਚਣੀ ਹੀ ਪਵੇਗੀ ਬਹੁਤ ਜ਼ਬਰਦਸਤੀ ਬਹੁਤ ਜ਼ਬਰਦਸਤ ਤੁਸੀਂ ਨਾਦਰ ਦੇਖਣ ਦਿਓ ਸੁਣਨ ਦਿਓ ਕਿ ਮੈਂ ਫਿਰ ਉਹੀ ਗੱਲ ਦੁਹਰਾਵਾਂਗਾ ਜੇ ਤੁਸੀਂ ਅੱਖਾਂ ਬੰਦ ਕਰਕੇ ਸੁਣੋਗੇ ਤੁਸੀਂ ਜੱਜ ਨਹੀਂ ਕਰ ਸਕੋਗੇ ਕਿ ਵਾਕਿਆ ਜਨਾਬ ਸਨੀ ਦੇਵਲ ਸਾਹਿਬ ਸਾਣ ਜਾਂ ਕੋਈ ਹੋਰ ਗੱਲ ਕਰ ਰਿਹਾ ਹੈ ਇਹਦੇ ਨਾਲ ਹੀ ਅਸੀਂ ਥੋੜਾ ਜਿਹਾ ਅੱਗੇ ਜਾਂਦੇ ਹਾਂ ਅੱਗੇ ਵਧਦੇ ਹਾਂ ਇਸ ਤੋਂ ਜ਼ਿਲ੍ਹਾ ਪੰਜਾਬ ਵਿੱਚ ਇਸ ਖਲੋਤੇ ਆ ਤੇ ਮੈਂ ਚਾਹਾਂਗਾ ਕੋਈ ਪੰਜਾਬੀ ਐਕਟਰ ਦੀ ਕੋਈ ਵਾਇਸ ਜੀ ਬਿਲਕੁਲ ਐ ਪਿੱਛੇ ਇੱਕ ਫਿਲਮ ਆਈ ਸੀ ਕੈਰੀਅਨ ਜਟਾ ਉਹਨਾਂ ਚ ਬੀ ਐਨ ਸ਼ਰਮਾ ਸਾਹਿਬ ਜਿਹੜੇ ਅੱਜ ਕੱਲ ਹਰ ਪੰਜਾਬੀ ਫਿਲਮ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਮੈਂ ਮਿਕਰੀ ਕਰਾਂਗਾ ਜਨਾਬ ਤੁਹਾਨੂੰ ਪਸੰਦ ਆਏਗੀ ਕਿ ਉਹ ਇੰਸਪੈਕਟਰ ਰੋਲ ਕਰਦੇ ਪਏ ਪੌੜੀਆਂ ਜੜ ਕੇ ਉੱਤੇ ਗਏ ਨੇ ਤੇ ਉੱਤੋਂ ਜਦੋਂ ਆ ਕੇ ਉਹਨਾਂ ਨੇ ਵੇਖਿਆ ਕਿ ਬੇਟਾ ਉਹਨਾਂ ਦਾ ਸੁੱਤਾ ਪਿਆ ਤਾਂ ਉਹਨਾਂ ਨੂੰ ਉਹਨ ਕਿਸ ਤਰੀਕੇ ਨਾਲ ਮੁਖਾਤਬ ਨੇ ਐ ਦੀ ਮਾਂ ਨੇ ਪਤਾ ਨਹੀਂ ਕਿਹੜੀ ਫਿਲਮ ਦੀ ਡਲੀ ਖਾ ਕੇ ਇਹਨੂੰ ਜੰਮਿਆ ਹੈਗਾ ਆ ਦੁਨੀਆ ਚੰਨ ਤੇ ਪਹੁੰਚ ਗਈ ਤੇ ਤੂੰ ਹਾਲੀ ਮੰਜੀ ਤੇ ਲੱਗਾ ਓਏ ਉੱਠ ਜਾ ਪ ਲੋਕੀ ਗੱਲਾਂ ਕਰਦੇ ਸਿਕੰਦਰ ਸਿੰਘ ਟਵਾਣਾ ਦਾ ਮੁੰਡਾ ਪੜ ਲੈ ਕੇ ਅਫਸਰ ਬਣ ਜਾਗਾ ਤੂੰ ਤੇ ਹਾਲੀ ਮੰਜੀ ਤੇ ਲੱਗਾ ਆ ਵੇਖ ਫਦਾ ਫਰੂਕੀ ਸਾਹਿਬ ਆਏ ਹੋਏਗੇ ਨੇ ਸਾਡਾ ਇੰਟਰਵਿਊ ਕਰਨ ਅਜਿਸ ਤਰ੍ਹਾਂ ਤੇਰਾ ਪਿਓ ਮਸ਼ਹੂਰ ਹੋਇਆ ਪਿਆ ਆ ਤੂੰ ਵੀ ਮਸ਼ਹੂਰ ਹੋ ਸਕਣਾ ਉੱਠ ਜਾ ਮਰਾਪੋ ਉੱਠ ਜਾ ਲਾਹ ਲਾਣਾ ਤੇ ਤੇਰੇ ਤੇ ਰੀਅਲ ਪਾਕਿਸਤਾਨ ਪ੍ਰੋਗਰਾਮ ਚੱਲਣਾ ਪੂਰੀ ਦੁਨੀਆ ਤੇ ਆ ਉੱਠ ਜਾ ਮੇਰੇ ਆਵੇ ਹੱਥ ਵੱਜੇ ਹੈ ਬਹੁਤ ਜ਼ਬਰਦਸਤੀ ਬਹੁਤ ਖੂਬ ਬਹੁਤ ਖੂਬ ये देखा नाजरीन आपने कि हमने आपकी मुलाकात करवाई सौदागर खान साहब से बड़ा ही प्यारा अंदाज बहुत ही खूबसूरत मिमिक्री और यकीन करें फील ही नहीं हो रहा था कि वाकई ये कोई पाकिस्तानी सौदागर साहब हैं या इंडियन के कोई अमीर बल्कि मैं यूं कहूँगा एक शख्स में कई शख्स हमने आपसे मिलवाए एक शख्स की आवाज़ में कई शख्सियतों की आवाज़ हमने आपको सुनवाई और अगर आपके पास भी कोई टैलेंट है कोई फ़न है कोई हुनर है या आपके पास कोई मोटिवेशन स्टोरी है आप नीचे व्हाट्सअप नंबर चल रहा है इस पर रबता कर सकते हैं इन हम बनेंगे आपकी भी आवाज़ और इसी के साथ ही हमें इजाज़त दीजिए नेक्स्ट मिलते हैं एक न्यू वीडियो के साथ तब तक के लिए अल्लाह हाफिज़